मुख्तार अंसारी जिहड़ा गैंगस्टर तो विधायक बनिया, डॉन तो विधायक बनिया, बाहुबली तो विधायक बनिया, BSP का विधायक है मुख्तार अंसारी के पिछे कांग्रेस से BJP आपस में क्यों लड़दियां पईआं? ये सवाल बड़ा महत्वपूर्ण। जदों घरों कोई विदा हुंदा ना तो बड़ा अफसोस हुंदा। तुसीं हुण बाय बाय कह रहे हो मुख्तार अंसारी नूं जां अफसोस हो रहा कांग्रेस नूं वी भाई क्यों चला गया? KP साहब तुसीं देखो मुख्तार अंसारी एडा वड्डा गैंगस्टर बाहुबली आ, साडे वनी तां बाय बाय आ। 24 जनवरी 2019 नूं पंजाब पुलिस इहनूं UP चों लैके आउंदी आ, इत्थे 2.25 साल इत्थे ओह कट जांदा राणा बजीत सिंह चहल। तुसीं सर उहदी मेहमान नवाजी करदे रहे। हरजीत सिंह बोलर, ਤੁਸੀਂ ਫਜ਼ੂਲ ਦੀ ਪੋਲਿਟਿਕਸ ਕਰੀ ਜਾਂਦੇ ਹੋ, ਨਾਮ ਵੱਡਾ ਇਸ ਕਰਕੇ ਤੁਸੀਂ ਮਗਰ ਪੈ ਗਏ। UP ਦੀ ਇਲੈਕਸ਼ਨ ਤੁਹਾਡਾ ਏਜੰਡਾ ਹੈ, ਮੁਖਤਾਰ ਅੰਸਾਰੀ ਦੇ ਨਾਂ ਦੇ ਪਤਾ ਨਹੀਂ ਤੁਸੀਂ ਕਿਹੜੀਆਂ ਵੋਟਾਂ ਲੈਣੀਆਂ? UP ਦੀ ਇਲੈਕਸ਼ਨ ਨਹੀਂ, ਸਾਡਾ ਏਜੰਡਾ UP ਦਾ, UP ਦੇ ਵਿੱਚੋਂ ਗੈਂਗਸਟਰ ਖਤਮ ਕਰਨ ਦਾ ਸੀ। ਔਰ ਉਹਨਾਂ 'ਚੋਂ ਇੱਕ ਅੰਸਾਰੀ ਵੀ ਹੈ ਜਿਹਨੂੰ ਉਹਨਾਂ ਨੇ ਆਪਣਾ ਜਿਹਨੂੰ ਕਹੋ ਕਿ ਰਾਇਲ ਗੈਸਟ ਬਣਾ ਕੇ ਰੋਪੜ ਦੀ ਜੇਲ੍ਹ 'ਚ ਰੱਖਿਆ। ਔਰ ਜਿਸ ਤਰੀਕੇ ਨਾਲ ਸਾਰਾ ਕੁਝ ਹੋਇਆ ਐਪੀਸੋਡ, ਹੁਣੇ ਐਂਬੂਲੈਂਸ ਇੱਕ ਸਪੈਸ਼ਲ ਆਈ, ਉਸ ਬਾਅਦ ਐਂਬੂਲੈਂਸ ਜਿਸ ਤਰੀਕੇ ਨਾਲ ਮਿਲੀ, ਇਹ ਕਿ ਸਰਕਾਰ ਔਰ ਸਰਕਾਰ ਦਾ ਜਿਹੜਾ ਪੂਰਾ ਲਾਣਾ ਬਾਣਾ ਹੈ, ਜਿਹੜਾ DGP ਨੇ ਜਾਂ ਉਹਨਾਂ ਥੱਲੇ ਜਿਹੜੇ ਅਫਸਰ ਨੇ, ਉਹਨਾਂ ਤੋਂ ਬਗੈਰ ਸੰਭਵ ਹੈ ਕਿਸੇ ਪਾਸੇ? ਅਗਰ ਇੰਨੇ ਹੀ ਤੁਸੀਂ ਸਾਫ਼ ਸੁਥਰੇ ਸੀਗੇ ਜਦੋਂ UP ਸਰਕਾਰ ਨੇ ਮੰਗਿਆ ਸੀਗਾ ਕਿ ਸਾਨੂੰ ਬਾਕੀ ਕੇਸਾਂ 'ਚ ਲੋੜੀਂਦਾ, ਇਹਨੂੰ ਵਾਪਸ ਕਰ ਦਿਓ, ਤੁਸੀਂ ਜਿਹੜਾ ਕੇਸ ਚੱਲਦਾ ਉਹਨੂੰ ਤੁਸੀਂ ਇੱਥੇ ਕਰੀ ਜਾਓ, ਜੋ ਵੀ ਤਫਤੀਸ਼ ਕਰਨੀ ਹੈ ਤਾਂ ਤੁਸੀਂ ਦੇ ਦਿੰਦੇ ਵਾਪਸ। ਪਰ ਸਮਾਂ ਪੋਲੀਟੀਕਲ ਕਨੈਕਸ਼ਨ ਤੁਹਾਡੇ ਤੋਂ ਬਾਅਦ ਸਮਝ ਲੂੰਗਾ ਸਰ, ਮੈਨੂੰ ਲੀਗਲੀ ਕਨੈਕਸ਼ਨ ਸਮਝਾ ਦਿਓ ਸਰ। ਉੱਥੇ ਕਤਲ ਦੇ ਕੇਸ ਹੈ UP ਦੇ ਵਿੱਚ, ਵੱਡੇ ਵੱਡੇ ਹੋਰ ਕੇਸ ਹੈ ਸਰ ਬਾਠ ਸਾਹਿਬ ਸਰ, ਉਸ ਕੇਸ ਦੇ ਲਈ ਉਹ ਬੰਦਾ ਇੱਥੋਂ ਵਾਂਟਡ ਹੈ, ਕਸਟਡੀ 'ਚ ਲੈਣਾ ਚਾਹੁੰਦੀ UP ਪੁਲਿਸ ਸਰ। ਇੰਨਾ ਪੰਜਾਬ ਪੁਲਿਸ ਨੇ ਇੰਨਾ ਸਟਰੋਂਗ ਕਰ ਲਿਆ ਕੇਸ ਆਪਦਾ ਇੱਥੇ, ਇੰਨਾ ਮਜ਼ਬੂਤ ਕਰ ਲਿਆ ਕਿ ਬੰਦੇ ਨੂੰ ਇੱਕ ਵਾਰੀ ਜੁਡੀਸ਼ੀਅਲ ਕਸਟਡੀ 'ਚ ਲੈ ਕੇ ਉਦੋਂ ਬਾਅਦ ਸਰ ਭੇਜਿਆ ਹੀ ਨਹੀਂ 2.25 ਸਾਲ। 2.25 ਸਾਲ ਹੋ ਗਏ ਨੇ, ਕੋਈ ਕੇਸ 'ਤੇ ਪ੍ਰੋਗਰੈਸ ਨਹੀਂ ਹੈ, ਕੋਈ ਕੇਸ ਦੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋਈ ਹੈ। ਉਹ ਜਮਾਨਤ ਲੈ ਕੇ ਉਹ ਭਰਨੀ ਜਾਂ ਨਾ ਭਰਨੀ ਜਮਾਨਤ, ਉਹ ਇੱਕ ਅਲੱਗ ਸਰ। ਫਿਰ ਜਮਾਨਤ ਲਈ ਅਪਲਾਈ ਕੀਤਾ ਗਿਆ ਸੀ ਬਾਠ ਸਾਹਿਬ? ਮੇਰੀ ਨੌਲੇਜ ਦੇ ਵਿੱਚ ਨਹੀਂ ਹੈ ਕਿਉਂਕਿ ਜਮਾਨਤ ਜੇ ਉਹ ਭਰ ਵੀ ਦਿੰਦੇ ਆ ਨਾ, ਜੇ ਜਮਾਨਤ ਹੋ ਵੀ ਜਾਂਦੀ ਆ, ਕਿਉਂਕਿ ਉਹ ਬਾਕੀ ਜਿਹੜੇ 28 ਕੇਸ ਜਿਹੜੇ ਉਹਦੇ ਵਿੱਚ ਲੜੀਂਦਾ ਹੈ। ਸਰ ਕੋਈ ਤਾਰਾਂ ਸਮਝ ਆਉਂਦੀਆਂ ਤੁਹਾਨੂੰ ਸਰ? BSP ਦਾ ਵਿਧਾਇਕ ਹੋਵੇ, ਲੜਦੀਆਂ ਫਿਰ ਕਾਂਗਰਸ ਤੇ BJP, ਸਰ ਕੋਈ ਤਾਰ ਸਮਝ ਆਈ ਤੁਹਾਨੂੰ? ਇਹਦੇ ਪਿੱਛੇ ਹੈ ਕੀ ਹੈ? ਪਾਰਟੀ ਕੋਈ ਵੀ ਹੋਵੇ, ਕਿਤੇ ਵੀ ਆ ਜੇ, ਕੰਮ ਉਹੋ ਜਿਹਾ ਹੀ ਆ। ਪਿਛਲੀ ਵਾਰੀ 37% ਕ੍ਰਿਮੀਨਲ ਕੇਸਿਸ ਵਾਲੇ ਲੋਕ ਪਾਰਲੀਮੈਂਟ 'ਚ ਗਏ ਸੀ, ਐਤਕੀ 43% ਆ, ਤੇ ਹੁਣ ਛੇਤੀ 51% ਹੋ ਜਾਣਗੇ, ਮੈਜੋਰਿਟੀ ਹੋ ਜੂ। ਅੱਜ ਦੀ ਡੇਟ ਦੇ ਵਿੱਚ ਜਾਂ ਤਾਂ ਕੋਈ ਕ੍ਰਾਈਮ ਵਾਕਿਆ ਹੀ ਕੀਤੇ ਹੋਣ ਜਾਂ ਕ੍ਰਿਮੀਨਲ ਮੈਂਟੈਲਿਟੀ ਜਿਹੜੀ ਉਹ ਹੋਣੀ ਜ਼ਰੂਰੀ ਹੈ ਜੇ ਤੁਸੀਂ ਪੋਲੀਟੀਸ਼ੀਅਨ ਦੀ ਕੁਆਲੀਫਿਕੇਸ਼ਨ ਬਣਾ ਰਹੇ ਹੋ।